ਨਮਸਤੇ ਆਉਂ ਅੰਜਲੀ ਖਜੂਰੀਆ ਤੇ ਜੰਮੂ ਲਦਾਖ ਵਿਜ਼ਨ ਜੋ ਥੋੜਾ ਸਾਰੇ ਲੋਕਿਆਂ ਦਾ ਮਤਾ ਮਤਮਲਾਰ ਕਰਨੀ ਆ ਜਿਨੇ ਕੇ 15 ਅਕਤੂਬਰ ਆਣੀ ਆਲੀ ਹੈ ਤੇ ਮਾਤਾ ਰਾਣੀ ਦੇ ਦੇਲੇ ਨਵਰਾਤਰੀ ਨੇ ਉਹ ਸਟਾਰਟ ਹੋਣਿਆ ਲਿਆ ਕੁਛ ਲੋਕ ਤੇ ਪਹਿਲੇ ਕੇ ਤਿਆਰੀ ਜਿਹੜੀ ਉਹ ਕਰਿਆ ਜਾਂਦੇ ਨੇ ਕਿ ਨਵਰਾਤਰੀ ਜਿਹੜੇ ਆਣਿਆ ਲਿਆ ਤੇ ਕੁਛ ਲੋਕੇ ਤੇ ਬੁਕਿੰਗ ਵੀ ਜਿਹੜੀ ਉਹ ਕਰ ਲਈਦੀ ਹੁੰਨੀ ਹੈ ਔਰ ਹਰ ਟਾਈਮ ਲੋਕ ਜਿਹੜੇ ਕਾਫੀ ਜ਼ਿਆਦਾ ਖੁਸ਼ ਹੁੰਦੇ ਆ ਕਿ ਜਲਦੀ ਦਿਨ ਨਵਰਾਤਰੀ ਆਵੈ ਤੇ ਆਸ ਮਾਤਾ ਰਾਣੀ ਦੇ ਦਰਬਾਰ ਵਿੱਚ ਚਾਚਾ ਮਥਡਿਕ ਚ ਬੜੀ ਦੂਰਾ ਦੂਰਾ ਦੇ ਲੋਕ ਜਿਹੜੇ ਉਹ ਮਾਤਾ ਰਾਣੀ ਦੇ ਦਰਬਾਰ ਵਿੱਚ ਆਉਂਦੇ ਮੱਥਾ ਟੇਕਣੇ ਵਾਸਤਾ ਔਰ ਮਾਤਾ ਰਾਣੀ ਹੁੰਦੀ ਸੁਖਨਾ ਵੀ ਜਿਹੜੀ ਪੂਰੀ ਕਰਦੀ ਜਿਹੜਾ ਕੋਈ ਦੀਨ ਦੁਖੀ ਆਂਦਾ ਜਿਹੜਾ ਮਾਤਾ ਰਾਣੀ ਦੇ ਦਰਬਾਰ ਵਿੱਚ ਦੁਖੀ ਹੋਈ ਜਾਂਦਾ ਨਾ ਉਹ ਵੀ ਜిల్లా ਪਰਤੋਈ ਆਂਦਾ ਨਾ ਮਾਤਾ ਰਾਣੀ ਦੇ ਦਰਬਾਰ ਵਿੱਚ ਆ ਉਹ ਵੀ ਖੁਸ਼ ਹੋਈ ਜਾਂਦਾ ਮਾਤਾ ਰਾਣੀ ਦਾ ਜਿਹੜਾ ਦਰਬਾਰ ਆ ਉਹ ਬੜਾ ਗਾ ਸੱਚਾ ਦਰਬਾਰ ਹੈ ਜਿਹੜਾ ਵੀ ਦੁਖੀ ਮਾਤਾ ਰਾਣੀ ਦੇ ਦਰਬਾਰ ਵਿੱਚ ਜਾਂਦਾ ਉਹ ਚੋਲੀਆਂ ਭਰੇ ਦਾ ਜਾਂਦਾ ਔਰ ਹਰ ਸਾਲ ਮਾਤਾ ਰਾਣੀ ਦੇ ਭਗਤ ਉਹ ਆਂਦੇ ਘਰ ਹੁੰਦੇ ਨੇ ਲੇਕਿਨ ਨਵਰਾਤਰੀ ਵਿੱਚ ਖਾਸ ਤੌਰ ਪਰ ਅਗ ਦਿਖਿਜਾਏ ਤੇ ਬੜੇ ਜ਼ਿਆਦਾ ਮਾਤਾ ਵਿੱਚ ਸ਼ਰਦਾਲੂ ਜਿਹੜੇ ਨਾ ਉਹ ਆਂਦੇ ਨੇ ਅਗਰ ਤੁਹਾਨੂੰ ਇੱਕੋ ਰਹੇ ਅਪਡੇਟਸ ਨਾ ਚੇ ਕਿ ਸ਼੍ਰਾਇਨ ਬੋਰਡ ਨਾ ਜਿਹੜਾ ਮਾਤਾ ਰਾਣੀ ਦੇ ਭਗਤਾਂ ਉਹਨੇ ਇੱਕ ਚਟਕਾ ਦਿੱਤਾ ਚਟਕਾ ਕੇ ਦਿੱਤਾ ਕਿ ਅਗਰ ਤੁਸੀਂ ਸੋਚਾ ਲਿਓ ਕਿ ਹੈਲੀਕਾਪਟਰ ਦੀ ਸੁਵਿਧਾ ਲੈਣੇ ਵਾਸਤੇ ਤੇ ਔਰਥੋਨੀ ਥੋੜੀ ਯਾਰੀ ਮਹਿੰਗੀ ਪਈ ਯਾਨੀ ਮਹਿੰਗੀ ਕੀ ਪਈ ਯਾਨੀ ਜਿਹੜੇ ਤੁਹਾਨੂੰ ਪਹਿਲੇ ਰੇਟ ਮਿਲਦਾ ਨਾ ਹ ਉਹ 1830 ਲੇਕਿਨ ਉਸੀ ਸ਼੍ਰਾਇਨ ਬੋਰਡ ਨਾਲ ਜਿਹੜਾ ਉਹ ਵਧਾਈ ਉੜਿਆ ਉਹ ਤਾਂ ਨਹੀਂ 2100 ਰੁਪਿਆ ਜਿਹੜਾ ਉਹ ਦੇਨੇ ਪੋਣਾ ਅਗਰ ਤੋਹੇ ਆਪਣੀ ਜਿਹੜੀ ਯਾਤਰਾ ਉਹ ਹੈਲੀਕਾਪਟਰ ਚ ਕਰਨੀ ਹੈ ਤੇ ਤੁਹਾਨੀ 2100 ਰੁਪਿਆ ਜਿਹੜਾ ਉਹ ਪਰਨੇ ਪੋਣਾ ਅਗਰ ਤੋਹੇ ਵੀ ਇਸ ਵਾਰੀ ਸੋਚੇ ਦਾ ਕਿ ਮਾਤਾ ਰਾਨੀ ਤੇ ਜਰਵਾਰ ਵਿੱਚ ਜਾਣਾ ਹੈਲੀਕਾਪਟਰ ਵਿੱਚ ਜਾਣਾ ਤੇ ਤੁਹਾਨੀ ਇਹ ਪੇਮੈਂਟ ਜਿਹੜੀ ਉਹ ਕਰਨੇਗਾ ਪੋਣੀ ਹੈ ਕਿਉਂਕਿ ਸ਼੍ਰਾਇਨ ਬੋਰਡ ਨਾਲ ਪੇਮੈਂਟ ਜਿਹੜੀ ਉਹ ਵਧਾਈ ਉੜੀ ਹੈ 2100 ਰੁਪਿਆ ਕਰੀ ਉੜੀ ਹੈ ਫਿਲਹਾਲ ਇਸ ਜਾਣਕਾਰੀ ਦੀ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਬਨੇ ਰਹੇ ਜਮੂਲ ਅਦਾਗ ਵਿਜਨ ਕਨੇ ਧੰਨਵਾਦ تھوڑا سا